लख खुशियां पादशाहियां जे सतगुर नदर करे लख खुशियां पादशाहियां जे सतगुर नदर। वाहेगुरु जी का खालसा वाहेगुरु जी की फतेह। मेरे चैनल विच आप जी का सारयां दा स्वागत है जी। मैं प्रतीत करदा भी तुसीं सारे चंगे होगे। होर गुरमेल सिंह जी की हाल चाल है? बहुत वधिया जी। अज बड़ा तैयार होए हो, कित्थे जा रहे हो? अज गुरु नानक देव जी का बर्थडे है ते नाले ना अपने नु अज गड्डी भी गुरु नानक देव जी दी कृपा नाल। वाहेगुरु वाहेगुरु। अज गड्डी महाराज दी कृपा नाल अपने नु अज जी तुहानू गड्डी दियां बड़ी कृपा महाराज दी तुहाडी वधाईयां। असीं बहुत वधिया तरीके नाल लई जांदे आं जी। होर मिठा भी खवा के लवांगे हुणे। गुरुद्वारा साहब मत्था टेक के उस तो उपरांत थेड़ी साहब ते फिर आप जाना गड्डी लैन। गड्डी उत्थे तुहानू गड्डी लिया के रस्ते का कोई माड़ा मोटा आप होर भी जिवे जिहड़े यार दोस्त हैगे उन्हां नूं मिलांगे ते इक बाबा जी दे स्थान ते ਧੰਨ ਧੰਨ ਬਾਬਾ ਖੇਮ ਸਿੰਘ ਸਤਾਨ ਉੱਥੇ ਵੀ ਜਾਣਾ ਜੀ। ਮਹਾਰਾਜ ਗੁਰੂ ਨਾਨਕ ਦੇਵ ਜੀ ਗੁਰਪੁਰਬ ਦੀ ਅਲੱਖ ਅਲੱਖ ਵਧਾਈਆਂ ਜੀ। ਆਪ ਸਭ ਨੂੰ ਵਧਾਈਆਂ, ਸਾਰੇ ਸਾਧ ਸੰਗਤ ਨੂੰ ਵਧਾਈਆਂ ਬਾਬਾ ਜੀ। ਗੁਰੂ ਨਾਨਕ ਦੇਵ ਗੁਰਪੁਰਬ ਦੀ ਖੁਸ਼ੀਆਂ ਚ ਆਪ ਜੀ ਨਾਲ ਵਾਅਦਾ ਕੀਤਾ ਸੀ ਵੀ ਗੁਰਪੁਰਬ ਦੇ ਅਗਰਬੱਤੀ ਹੋਰ ਜਲਾਵਾਂਗੇ। ਆ ਵੇਖੋ ਭਾਈ ਸਾਹਿਬ ਭਾਈ ਅਨੂਪ ਸਿੰਘ ਜੀ ਖੁਦ ਆਪ ਮੌਜੂਦਾ ਚਲਾਈ ਜਾਂਦੇ ਜੀ, ਨਾਲ ਆਪਣੇ ਵੀਰ ਪਿਆਰੇ ਬਲਵਿੰਦਰ ਸਿੰਘ ਜੀ ਮੋਹਲਾ ਤੇ ਨਾਲ ਹੀ ਆਪਣੇ ਪਿਆਰੇ ਪਿਆਰੇ ਓਲਖ ਸਾਹਿਬ ਮੌਜੂਦਾ ਹੀ ਖੜੇ ਨੇ ਸਾਰੇ ਪਿਆਰ ਵਾਲੇ। ਗੁਰਪੁਰਬ ਦੀ ਵਧਾਈਆਂ ਦੇਣ ਆਇਆ ਸਾਰੇ ਸਾਰਿਆਂ ਨੂੰ ਗੁਰਪੁਰਬ ਦੀਆਂ ਅਲੱਖ ਅਲੱਖ ਵਧਾਈਆਂ। ਅਗਰਬੱਤੀ ਚੱਲ ਚੁੱਕੀ ਹੈ ਜਿਹੜੀ, ਅੱਜ ਵੱਜ ਗਏ 11 ਤੇ ਰਾਤ ਨੂੰ 11 ਵਜੇ ਤੇ ਚੱਲੂਗੀ ਜੀ। ਲੈ ਜੀ ਜੈ ਜੈਕਾਰ ਹੋ ਗਈ ਹੈ। ਜੱਸਾ ਜੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਜੱਸਾ ਜੀ ਧੰਨ ਗੁਰੂ ਨਾਨਕ ਜੀ। ਭਾਈ ਸਾਹਿਬ ਆਏ ਨੇ ਸੇਵਾ ਤੇ ਜੀ, ਇਹਨਾਂ ਦਾ ਨੇਮ ਹੈਗਾ ਜੀ, ਇਹਨਾਂ ਨੇ ਜਦੋਂ ਦੁਕਾਨ ਤੇ ਜਾਣਾ ਤੇ ਇੱਥੋਂ ਮੱਥਾ ਟੇਕ ਕੇ ਜਾਣਾ ਜੀ। ਸਰੂਪ ਦੀ ਸੇਵਾ ਵੀ ਕਰਦੇ ਤੇ ਨਾਲੇ ਪਿਆਰ ਵੀ ਦਿੰਦੇ ਜੀ। ਬਹੁਤ ਬਹੁਤ ਵਧਾਈਆਂ ਗੁਰਪੁਰਬ ਦੀ ਮਹਾਰਾਜ। ਤੁਹਾਨੂੰ ਵੀ ਬਹੁਤ ਬਹੁਤ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈਆਂ। ਜਿਉਂਦੇ ਖੁਸ਼ੀਆਂ ਖੇੜਿਆ, ਵਾਹਿਗੁਰੂ ਤੰਦਰੁਸਤੀਆਂ ਗੰਮੀਆਂ ਹੋਣ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਕਰੋ ਮਹਾਰਾਜ ਸੇਵਾ ਕਰੋ ਜੀ। ਇਹ ਭਾਈ ਸਾਹਿਬ ਆਉਂਦੇ ਆ ਡੇਲੀ ਤੇ ਸੇਵਾ ਵੀ ਕਰਦੇ ਆ ਨਾਲੇ ਤੇ ਨਾਲੇ ਗੁਰੂ ਘਰ ਦੀਆਂ ਖੁਸ਼ੀਆਂ ਵੀ ਲੈਂਦੇ ਆ ਤੇ ਮਹਾਰਾਜ ਦੇ ਵੱਲੋਂ ਬਖਸ਼ਿਸ਼ ਵੀ ਲੈਂਦੇ ਆ। ਹਾਂਜੀ ਦੋਸਤ ਕਿੱਧਰ ਜਾ ਰਹੇ ਬੇਟਾ, ਕਿੱਥੇ ਜਾ ਰਹੇ? ਗੱਡੀ ਲੈਣ ਤੋਂ ਬਾਅਦ ਕੀ ਕਰਾਂਗੇ? ਕਿਉਂ ਨੀ ਬਾਬਾ ਜੀ ਦੇ ਬਾਬਾ ਖੇਮ ਸਿੰਘ ਜੀ ਦਰਬਾਰ ਜਾਣਾ ਕਿ ਜਾਣਾ? ਧੰਨ ਗੁਰੂ ਨਾਨਕ ਕਹਿੰਦੇ ਫਿਰ ਧੰਨ ਗੁਰੂ ਨਾਨਕ ਬੇਟਾ। ਸੁਬਹ ਅੰਮ੍ਰਿਤ ਵੇਲੇ ਗਏ ਸੀ 3 ਵਜੇ ਉੱਥੇ ਸੁਖਮਨੀ ਸਾਹਿਬ ਦੀ ਹਾਜ਼ਰੀ ਭਰ ਗਿਆ। ਕਰਮ ਵਾਲੇ ਹੈਗੇ ਆ, ਇਹਨਾਂ ਦੇ ਪੈਰੀ ਹੱਥ ਲਾਓ, ਮੱਥਾ ਟੇਕੋ ਉਹਨਾਂ ਨੂੰ। ਨਹੀਂ ਨਹੀਂ ਵਾਹ ਜੀ ਲਾ ਦੀ ਵੀਰ ਜੀ ਆਏ ਨੇ ਗੁਰਪੁਰਬ ਦੀ ਖਾਸ ਵਧਾਈਆਂ ਦੇ ਰਹੇ ਸਪੈਸ਼ਲ ਹੋਰ ਮਹਾਰਾਜ ਗੁਰਪੁਰਬ ਦੀ ਵਧਾਈਆਂ ਹੋਣ ਜੀ। ਵਧਾਈਆਂ ਜੀ, ਵਧਾਈਆਂ ਜੀ ਤੁਹਾਨੂੰ ਵਧਾਈਆਂ। ਹੇਤ ਕੁਮਾਰ ਜੀ ਕੀ ਹਾਲ ਚਾਲ ਹੈ ਜੀ? ਠੀਕ ਹੈ ਬਾਈ ਜੀ। ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੇਤ ਕੁਮਾਰ। ਇਹ ਮੇਰਾ ਜੱਜੂ ਵੀਰ ਹੈਗਾ, ਗੁਰਪੁਰਬ ਦੀ ਵਧਾਈਆਂ ਦੇ ਰਿਹਾ ਜੀ। ਰਜੇਸ਼ ਕੁਮਾਰ ਜੀ ਵਧਾਈਆਂ ਦੇ ਰਹੇ ਨੇ, ਅੰਗਰੇਜ ਸਿੰਘ ਜੀ ਵਧਾਈਆਂ ਦੇ ਰਹੇ ਨੇ ਜੀ ਸਾਰਿਆਂ ਨੂੰ। ਪਿੱਛੇ ਮਨੋਜ ਜੀ ਦਾ ਬੇਟਾ ਹੈਗਾ, ਥੋੜਾ ਸ਼ਰਮਾਂਦਾ ਹੈਗਾ। ਆਇਓ ਬੇਟਾ ਜੀ, ਆਜੋ ਆਜੋ। ਇਹ ਸਾਰੇ ਬੇਟਾ ਜਿਹੜੇ ਬੱਚੇ ਸੇਵਾ ਕਰਦੇ ਬਹੁਤ ਜ਼ਿਆਦਾ ਇੱਥੇ ਆਪਣੇ ਦੁਕਾਨ ਤੇ ਵੀ ਤੇ ਗੁਰੂ ਘਰ ਵੀ। ਇਹਨਾਂ ਨੇ ਹੁਣ ਗੁਰੂ ਘਰ ਜਾਣਾ, ਲੰਗਰ ਵੀ ਖਾਣ ਜਾਣਾ ਤੇ ਲੰਗਰ ਸਜਾਉਣ ਵੀ ਜਾਣਾ, ਔਰ ਰਾਤ ਨੂੰ ਜਿਹੜਾ ਵਿਸ਼ੇਸ਼ ਦੀਵਾਨ ਹੈ ਉੱਥੇ ਵੀ ਇਹਨਾਂ ਨੇ ਪਹੁੰਚਣਾ। ਹੋਰ ਮਹਾਰਾਜ ਬਹੁਤ ਬਹੁਤ ਵਧਾਈਆਂ ਗੁਰਪੁਰਬ ਦੀਆਂ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਆਹ ਮੇਰਾ ਜਤਿੰਦਰ ਵੀਰ ਹੈਗਾ, ਜਨਰੇਟਰ ਸਪੈਸ਼ਲਿਸਟ, ਜਿਵੇਂ ਕਹਿੰਦਾ ਨਾ ਕਰੋਨਾ ਸਪੈਸ਼ਲਿਸਟ, ਜਨਰੇਟਰ ਸਪੈਸ਼ਲਿਸਟ ਹੈਗਾ। ਹੋਰ ਮਹਾਰਾਜ ਵਧੀਆ ਵਧੀਆ ਜੀ, ਚੜ੍ਹਦੀ ਕਲਾ ਜੀ। ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ, ਔਰ ਆਪ ਜੀ ਬੋਲੋ। ਤੁਹਾਨੂੰ ਵੀ ਬਹੁਤ ਬਹੁਤ ਵਧਾਈ ਆ, ਸਾਰੇ ਸੰਗਤ ਨੂੰ ਬਹੁਤ ਬਹੁਤ ਵਧਾਈ ਆ ਗੁਰਪੁਰਬ ਦੀਆਂ। ਧੰਨ ਗੁਰੂ ਨਾਨਕ, ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ। ਇਹ ਹੈਗੇ ਮੇਰੇ ਸਰਨਾਵਾਂ ਹਰਭਜਨ ਸਿੰਘ ਜੀ, ਭਜਨ ਸਿੰਘ ਵੀ ਕਹਿੰਦੇ ਨੇ ਇਹਨਾਂ ਨੂੰ। ਇਹ ਬਾਈ ਅਮਰ ਜੀ ਦੇ ਗੜਵਈ ਹੈਗੇ ਨੇ ਜੀ, ਤੇ ਨਾਲ ਸੁਰੇਸ਼ੀ ਜੀ ਪੇਂਟਰ ਆਪਣੇ ਮੇਨ ਮੌਜੂਦਾ। ਤੁਹਾਨੂੰ ਪਤਾ ਹੀ ਇਸ ਗੱਲ ਦਾ ਵੀ ਇਹ ਰੰਗ ਬਹੁਤ ਵਧੀਆ ਕਰਦੇ ਨੇ, ਬਹੁਤ ਟਾਈਮ ਉਹ ਤਾਂ ਆਪਣੇ ਨਾਲ ਜੁੜੇ ਨੇ। ਸਵੇਰੇ 4:30 ਵਜੇ ਆ ਜਾਂਦਾ ਜੀ। ਵਧਾਈਆਂ ਦਿਓ ਜੀ ਧੰਨ ਗੁਰੂ ਨਾਨਕ ਜੀ। ਇਹ ਮਲ ਸਿੰਘ ਜੀ ਮੌਜੂਦਾ 12 ਵਜੇ ਵਾਲੇ ਆ ਗਏ ਜੀ। ਇਹ 4:30 ਵਾਲੇ ਆ ਤੇ ਇਹ 12 ਵਜੇ ਵਾਲੇ ਹੈਗੇ ਜੀ। ਸੋਰੀ ਹੱਥ ਇੱਧਰ ਜਾ ਰਹੇ ਤਾਂ ਜਾ ਰਿਹਾ ਆ ਰਿਹਾ ਹੱਥ। ਆਹ 12 ਵਜੇ ਵਾਲੇ ਹੈਗੇ ਜੀ, ਮਲ ਸਿੰਘ ਜੀ 12 ਵੱਜ ਚੁੱਕੇ ਨੇ ਜਿਹੜੇ ਹੁਣ ਆ ਗਏ ਆ। ਭੱਜੋ ਨਾ, ਵਧਾਈਆਂ ਦਿਓ ਜੀ।
ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਵਧਾਈਆਂ ਜੀ। ਚੜ੍ਹਦੀ ਕਲਾ ਚ ਰੱਖੇ ਜੀ, ਚੜ੍ਹਦੀ ਕਲਾ ਰੱਖੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤੀਸ਼ ਕੁਮਾਰ ਜੀ ਕੀ ਹਾਲ ਹੈ ਮਹਾਰਾਜ, ਗੁਰਪੁਰਬ ਦੀ ਵਧਾਈਆਂ ਹੋਣ ਜੀ। ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਹੋਣ ਜੀ। ਦਿੱਲੀ ਨੀ ਗਏ? ਬਸ ਜਾਵਾਂਗੇ, ਜਰੂਰ ਜਾਵਾਂਗੇ ਜੀ। ਆ ਛੁੱਟੀ ਕਰਕੇ ਨਹੀਂ ਗਏ? ਵਾਹਿਗੁਰੂ ਵਾਹਿਗੁਰੂ ਸਾਰਿਆਂ ਪਾਸੇ ਹੋ ਰਹੀ ਹੈ। ਵਾਹ ਜੀ ਵਾਹ, ਵਾਹਿਗੁਰੂ ਸਭ ਦੇ ਨਜ਼ਰ ਰੱਖੇ, ਸਭ ਦੀ ਸਭ ਤੇ ਕਿਰਪਾ ਕਰੀ ਰੱਖੇ, ਕਿਰਪਾ ਕਰੀ ਰੱਖੇ ਸਭ ਨੂੰ। ਹਾਂਜੀ, ਅਸੀਂ ਪਟਾਕੇ ਚਲਾਉਂਦੇ, ਤੁਹਾਨੂੰ ਵੀ ਨਹੀਂ ਜ਼ਿਆਦਾ ਦਿਨ। ਆ ਸਾਡੇ ਬੱਚੇ ਦੀ ਵੀ ਖੁਸ਼ੀਆਂ ਆਪਣੇ ਹੱਥ ਰੱਖਦੇ ਬਾਬਾ ਜੀ। ਬਾਬਾ ਜੀ ਨੇ ਹੱਥ ਰੱਖੀ ਰੱਖਿਆ ਵਾ ਜੀ, ਤਾਂ ਹੀ ਕਿਰਪਾ ਜੀ। ਕਾਕਾ ਜਨੇਜਾ ਜੀ ਆਏ ਨੇ ਮਿਲਣ, ਗੁਰਪੁਰਬ ਦੀ ਵਧਾਈਆਂ ਵੀ ਦਿੰਦੇ ਨੇ। ਹੋਰ ਮਹਾਰਾਜ ਜੀ, ਬਹੁਤ ਬਹੁਤ ਵਧਾਈਆਂ ਗੁਰਪੁਰਬ ਦੀ ਸਭ ਨੂੰ ਜੀ। ਇਹ ਮੇਰੇ ਹਰ ਇੱਕ ਦੇ ਘਰ ਚ ਸੁੱਖ ਸ਼ਾਂਤੀ ਰੱਖੇ ਮਾਲਕ, ਸੱਚੇ ਪਾਤਸ਼ਾਹ ਕਿਰਪਾ ਕਰੀ ਰੱਖੇ। ਮੇਰੇ ਪਿਆਰ ਵਾਲੇ ਮਿੱਤਰ ਹੈਗੇ ਨੇ, ਹਰ ਪ੍ਰੋਗਰਾਮ ਤੇ ਹਰ ਕਿਸੇ ਮੇਰੇ ਨਾਲ ਖੜਦੇ ਆ, ਕਿਤੇ ਜਾਣਾ ਹੋਵੇ ਮੇਰੇ ਨਾਲ ਜਾਂਦੇ ਆ, ਮੇਰੇ ਬੜੇ ਪਿਆਰ ਵਾਲੇ ਮਿੱਤਰ ਕਾਕਾ ਜਨੇਜਾ ਜੀ। ਇੰਨੀ ਖੁਸ਼ੀ ਬੱਚਿਆਂ ਨੂੰ ਨਵੀਂ ਗੱਡੀ ਲਿਆਉਣ ਦੀ, ਤੇ ਨਾਲੇ ਗੁਰਪੁਰਬ ਦੀ ਵਧਾਈਆਂ ਸਾਰੇ ਦਿਓ ਜੀ। ਸਾਰੇ ਬੱਚੇ ਜਾ ਰਹੇ ਨੇ। ਉਹ ਬੇਟਾ ਤੂੰ ਕਿਵੇਂ ਬਸ ਹੀ ਖੜਾ ਹੈ? ਜੇ ਬਸ ਹੀ ਨੀ ਖੜੇ, ਬਸ ਹੀ ਭੀੜ ਹੁੰਦੀ ਹੈ। ਇਹ ਮੋਡੀਫਾਈ ਗੱਡੀ ਹੈ ਜੀ, ਦੇਖੋ ਇਸ ਦੋ ਬੰਦੇ ਬਹਿ ਸਕਦੇ ਨੇ। ਇਹ ਚਿੜੀਆਂ ਦਾ ਆਲਣਾ ਬਣਾਇਆ ਪਿਆ ਇਸ ਘਰ, ਜਿਵੇਂ ਪਾਏ ਹੋਏ ਤੁਰਨੇ ਪਏ ਸਾਰੇ। ਲੋ ਜੀ, ਮਲੋਟ ਪਾਰਕ ਕਰ ਚੁੱਕੇ ਆਪਾਂ, ਗੱਡੀ ਜੋ ਕਿ ਲੈਣ ਜਾਣੀ ਨਵੀਂ। ਅੰਕੁਸ਼ ਜੀ ਨਾਲ ਜਾ ਰਹੇ ਨੇ, ਵਾਪਸੀ ਪੁਰਾਣੀ ਗੱਡੀ ਲੈ ਕੇ ਆਉਣਗੇ। ਪੁਰਾਣੀ ਗੱਡੀ ਮੈਨੂੰ ਬਹੁਤ ਵਧੀਆ ਲੱਗਦੀ ਹੈ, ਇਸੀ ਤੇ ਵਾਪਸੀ ਘੁੰਮਿਆ ਫਿਰਿਆ ਕਰਾਂਗੇ। ਕਿਵੇਂ ਗੱਡੀ ਹੈ ਅਵਲੀ? ਦੁਬਾਰਾ ਥੇੜੀ ਸਾਹਿਬ ਦਸਵੇਂ ਪਾਤਸ਼ਾਹ ਜੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ। ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਹੋਇਆ ਹੁਣ ਅਸੀਂ ਨਿਕਲ ਰਹੇ ਹਾਂ ਬਠਿੰਡੇ, ਜੋ ਕਿ ਅਸੀਂ ਗੱਡੀ ਲੈਣੀ ਹੈ। ਅੱਜ ਗੁਰਪੁਰਬ ਹੈਗਾ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਦਾ, ਤੇ ਬਠਿੰਡੇ ਨਵੀਂ ਗੱਡੀ ਆਪਣੇ ਕਰਾਉਣੀ ਹੈ। ਉਹ ਕਹਿੰਦੇ ਵੀ ਤੁਹਾਨੂੰ ਗੱਡੀ ਦੇ ਦਾਂਗੇ, ਏਜੰਸੀ ਭਾਵਾਂ ਦੀ ਬੰਦ ਵੀ ਹੈ ਨਾ, ਤਾਂ ਵੀ ਤੁਹਾਨੂੰ ਗੱਡੀ ਦੇ ਦਾਂਗੇ ਜੀ। ਬੜੇ ਪਿਆਰ ਵਾਲੇ ਹੈਗੇ ਜਿਨ੍ਹਾਂ ਨੂੰ ਅਸੀਂ ਗੱਡੀ ਬੁੱਕ ਕਰਾਈ ਸੀਗੀ, ਉਹਨਾਂ ਨੂੰ ਵੀ ਤੁਹਾਨੂੰ ਹੁਣ ਮਿਲਾਉਂਦੇ ਹਾਂ। ਅਤੇ ਹੁਣ ਆਪਾਂ ਚੱਲੇ ਹਾਂ ਜੀ ਇਸ ਟਾਈਮ ਗੱਡੀ ਨਵੀਂ ਕਢਾਉਣ ਬਠਿੰਡਾ। ਬੜਾ ਹੀ ਖੁਸ਼ੀ ਦਾ ਮਾਹੌਲ ਹੈ ਨਾ ਜੀ ਘਰ ਪਰ। ਇਹ ਮੁੰਡਾ ਸਾਡਾ ਉਦਾਸ ਹੈ, ਹਾਂ ਵੀ ਖੁਸ਼ ਹੈ ਬੇਟਾ, ਗੱਡੀ ਆ ਗਈ ਆਪਣੀ। ਬੇਟਾ ਸ਼ੋਰੂਮ ਆ ਗਿਆ ਆਪਣਾ ਇੱਥੇ ਮੌਕੇ 'ਤੇ, ਪਰ ਹੈਗਾ ਸ਼ੋਰੂਮ ਅੱਜ ਬੰਦ। ਇਹ ਬਠਿੰਡੇ ਦਾ ਹੈਲੋ ਗਾਇਸ, ਹਾਂ ਹੈਲੋ ਗਾਇਸ, ਅੱਗੇ ਤਾਂ ਬੋਲ ਅੱਗੇ ਅੱਗੇ ਬੋਲੋ। ਅਤੇ ਇਹ ਬਠਿੰਡੇ ਦਾ ਸ਼ੋਰੂਮ ਹੈ ਜੀ। ਬੇਟਾ ਤਾਂ ਭਾਈ ਸਾਹਿਬ ਆਏ ਨਹੀਂ ਮਿਲਣਾ ਤਾਂ ਅੱਜ ਤੱਕ, ਹੈ ਨਾ? ਭਾਈ ਸਾਹਿਬ ਨੂੰ ਬੁਲਾਇਆ ਜਿਹਨਾਂ ਨੇ ਗੱਡੀ ਸਾਨੂੰ ਦੇਣੀ ਨਾ ਜੀ, ਡਿਲੀਵਰੀ ਕਰਾਉਣੀ ਉਹਨਾਂ ਨੇ, ਉਹ ਆ ਰਿਹਾ ਹੁਣ ਮੌਕੇ 'ਤੇ। ਇਹ ਭਾਈ ਸਾਹਿਬ ਆਪਣਾ ਗੱਡੀ ਦੇਣ ਆਏ ਆ। ਜੋਤ ਬੇਟਾ ਤੂੰ ਕਿਉਂ ਹੋ ਰਿਹਾ? ਆਪੇ ਲੋਕ ਖੋਲੇਗਾ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਮਾਮਾ ਜੀ, ਮਾਮਾ ਜੀ, ਗੱਡੀ ਪੈਟਰੋਲ ਤੇ ਕਿ ਡੀਜ਼ਲ ਤੇ? ਬੇਟਾ ਕਿਸ਼ਤਾਂ ਤੇ। ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਨਾਨਕ ਦੇਵ ਜੀ ਦਾ, ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦਾ, ਸ਼੍ਰੀ ਮਾਨ ਸਾਹਿਬ ਸਿੰਘ ਸਿੰਘ ਜੀ ਮੇਰੇ ਮਹਾਰਾਜ ਜੀ ਦਾ, ਉਸਤਾਦ ਜੀ ਦਾ, ਜਿਨ੍ਹਾਂ ਦੀ ਕਿਰਪਾ ਨਾਲ ਗੱਡੀ ਲਈ ਸੀ ਪਿਛਲੇ 10 ਸਾਲ ਪਹਿਲਾਂ 2013 ਹਜ਼ਾਰ ਇਹ ਨੌਵਾਂ ਤਰੀਕਾ ਨਹੀਂ ਨੌਵਾਂ ਇੱਥੋਂ ਹੀ ਲੈ ਕੇ ਗਏ ਸੀਗੇ। ਉਹ ਸੀਗਾ ਜਨਮਦਿਨ ਗੁਰੂ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਦਾ। ਹੁਣ ਅੱਜ ਹੈਗਾ ਗੁਰਪੁਰਬ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ, ਅੱਜ ਗੁਰਪੁਰਬ ਹੈ, ਖੁਸ਼ੀਆਂ ਦਾ ਦਿਨ ਹੈਗਾ। ਇਹ ਖੁਸ਼ੀਆਂ ਹੀ ਮਹਾਰਾਜ ਨੇ ਬਖਸ਼ਤੀਆਂ। ਇਹ ਗੱਡੀ ਅੱਜ 10 ਸਾਲ ਪਹਿਲਾਂ ਅਸੀਂ ਇੱਥੇ ਆਏ ਸੀ ਨਵੀਂ ਗੱਡੀ ਕਢਾਉਣ, ਹੁਣ ਉਹ ਦਿੱਲੀ ਨਹੀਂ ਜਾ ਸਕਦੀ ਸੀ, ਉਹਦੇ ਕਰਕੇ ਹੁਣ ਅਸੀਂ ਨਵੀਂ ਗੱਡੀ ਫਿਰ ਕਢਾਈ ਹੈ, ਨੋਵਾ ਕ੍ਰਿਸਟਾ। ਬੱਚਿਆਂ ਨੇ ਚਲਾਉਣੀ ਹੈ, ਬੜੇ ਸਾਡੇ ਖੂਬਸੂਰਤ ਬੱਚੇ ਨੇ, ਹੈ ਕਿ ਨਹੀਂ? ਇਹਨਾਂ 'ਤੇ ਮਹਾਰਾਜ ਮਿਹਰ ਰੱਖੇ, ਸੱਚੇ ਪਾਤਸ਼ਾਹ ਚਲਾਉਣੇ ਆ, ਆਵਣ ਗੱਡੀਆਂ ਇਹਨਾਂ ਨੂੰ, ਅਤੇ ਝੂਟੇ ਖਾਂਦੇ ਰਹਿਣਾ, ਬੜੀ ਬਖਸ਼ਿਸ਼ ਹੈ। ਇਹ ਵੀ ਹੈਗੇ ਕਾਕਾ ਜੀ, ਇਹ ਕਾਕਾ ਜੀ ਆ ਗਏ, ਗੱਡੀ ਚਲਾਉਣ ਆ ਗਈ ਨਹੀਂ?
क्रिस्टा ला दे महाराज जयकारा ला दो जी गट गट के विराजमान हाल हो जावे तन श्री गोबिंद सिंह जी दे चरणां नु पावे सत श्री अकाल डीजल फ्री मिल रहा पहला 5 लीटर डीजल पावांगे फिर फुल करांगे देख रहे कि खुराक मंत्री किन्नी है मान लो बार कोड भेज पैसे मैं नहीं लेके आया पहला 5 लीटर पा दे बस वहां से फुल करा ला जाएगा ठीक है जी भाई मान लो परला वो भी ओनू ही पवा देना तेल दो गड्डिया लैन आई है फुल करा दे गड्डी देख रहे किन्ने पैसे लगते हैं तेल दे फुल दे मल सिंह स्कैनर भेज दे ठीक है 4250 रुपए तेल पै गया 5 लीटर होर पै गया टोटल कितना तेल डल गया ओए जोत प्रकाश टोटल 4250 एक पै गया 5 लीटर तेल एक पै गया जी क्रिस्टा अगर तुसी तेल गड्डी फुल करानी तो 4250 रुपए का तेल पऊगा धन गुरु नानक जी धन गुरु नानक गेट बाबा खेम सिंह जी मार्ग त्योणा ए दर्शन करो जी ए त्योणे दे जेडे खेत हैगे नाल नाल गुरुद्वारा साहिब जेडी सड़क जांदी है अगे हुण दरबार दे हाल दे दर्शन कराने आ बाबा जी दे दर्शन कराने आप जी नूं बाबा जी हाथ ला दो बस गड्डी नो हाथ ही ला दो अच्छा ठीक धन गुरु नानक जी त्योणे बाबा जी दरबार तो निकलते सार झुंबा पिंड आऊगा झुंबे तो बाद प्योरी प्योरी तो बाद गिदड़बाग गिदड़बाग तो बाद मलोट कदी मलोट दर्शन दियो साध संगत नूं बेनती है जिहड़े संगत आउंदी है मलोट त्योणे बाबा जी बाबा खेम सिंह जी दरबार से धन धन बाबा खेम सिंह जी महाराज दरबार से उन्होंने बेनती है कभी आवन मलोट दर्शन दो आ रस्ता है झुंबा प्योरी गिदड़वा हूँ असं निकल चुके घर वास्ते बस घर गड्डी ला के थोड़ी बहुत वधाइया दे के ब्लॉग की समाप्ति करा क्योंकि संगत उ मिलनगिया जो प्यार वाले है यार दोस्त बेली मित्र प्यारे सारू मिल के गड्डी का ब्लॉग करा बंद तो रात को देखा जो कोई लोड़ पी तो गुरुद्वारा साहब इस वीडियो की दो बना के तो वैसे स्टोरी से पा देंगे बोल दे चैनल को सब्सक्राइब बोल देना ओए प्लीज बेनती करके हमारे चैनल को सब्सक्राइब करिए लाइक करिए और शेयर करिए एंड कमेंट भी करिए ओके की टाइम हो गया शिविंदर बेटा की टाइम हो गया 5:30 हो गए सवेरे आप निकले 11:30 या 12 निकले थे 5:30 हो गए बहुत टाइम लग गया एक तो स्लो स्लो ही आई जाने
ਨਾਲੇ ਗੁਰੂ ਸਾਹਿਬ ਦੀ ਕਿਰਪਾ ਸੁਖਮਨੀ ਸਾਹਿਬ ਦੀ ਹਾਜ਼ਰੀ ਵੀ ਲੱਗ ਗਈ ਤੇ ਹੁਣੇ ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ ਸੀਗਾ ਤੇ ਨਾਲ ਮਹਾਰਾਜ ਨੇ ਕਿਰਪਾ ਕੀਤੀ ਉੱਥੇ ਬਹਿਣ ਦਾ ਸਮਾਂ ਪ੍ਰਾਪਤ ਹੋਇਆ आवाज ही नहीं आ रही तेरी शक्ल फोटो तो आने तेरी ये तूने बोल दिया भाई लो जी अपने स्थान ते गड्डी पहुंच गई है भजन सिंह जी ने तेल चवाया कहंदा पैसे चाहिए ने किवें गड्डी दी बधाइयां दे रहे सारे जी सारे अपने मित्र प्यारे उपर जी जीजा जी आए ने जीजा जी हाँ जी मिठा तो खाओ मिठा बाबा जी दे स्थान तो खुशियां प्राप्त हुई बाबा जी स्थान ते गड्डी पहुंच गई है बाबा जी का स्थान बनाया इत्थे आपां ऐतवार नूं सत्संग हुंदा इत्थे महाराज का कीर्तन हुंदा इत्थे गुरु साहिब की कृपा नाल जिहड़ा इह पुरातन गेट ही हैगा जी इत्थे पहला मंदिर सीगा फिर मंदिर तों बाद फिर गुरुद्वारा साहिब बन गया इत्थे कमरा बणिया बाबा जी का हुण वी बाबा जी का कमरा है जी धन गुरु नानक ਇੱਥੇ ਭਾਈ ਸਾਹਿਬ ਭਾਈ ਕੇਹਰ ਸਿੰਘ ਜੀ ਕੀਰਤਨ ਕਰਦੇ ਜੀ ਤੇ ਨਾਲ ਹੀ ਮਹਾਰਾਜ ਦਾ ਕੀਰਤਨ ਹੁੰਦਾ ਜੀ ਧੰਨ ਗੁਰੂ ਨਾਨਕ ਹੋਰ ਮਹਾਰਾਜ ਕੀ ਹਾਲ ਜੀ ਗੁਰਪੁਰਬ ਦੀਆਂ ਅਲੱਗ ਅਲੱਗ ਵਧਾਈਆਂ ਤੁਹਾਨੂੰ ਵੀ ਗੱਡੀ ਦੀਆਂ ਵੀ ਆਇਓ ਤੁਸੀਂ ਆਇਓ ਵੀਰ ਜੀ ਆਇਓ ਮਹਾਰਾਜ ਬਹੁਤ ਬਹੁਤ ਮੁਬਾਰਕਾਂ ਮਹਾਰਾਜ ਤੁਹਾਨੂੰ ਬਹੁਤ ਮੁਬਾਰਕਾਂ ਜੀ ਸਾਰੇ ਮੁਬਾਰਕਾਂ ਦੇਣਾ ਮਿਠਾਈ ਖਾ ਲਈ ਜੀ ਹੋਰ ਖਾ ਲਈ ਆ ਖਾਈ ਜਾਂਦੇ ਤੁਸੀਂ ਮਹਾਰਾਜ ਕਿਰਪਾ ਮੁਬਾਰਕਾਂ ਬਾਈ ਜੀ ਬਹੁਤ ਬਹੁਤ ਗੁਰਪੁਰਬ ਦੀਆਂ ਨਾਲੇ ਗੱਡੀ ਦੀਆਂ ਜੀ ਬਹੁਤ ਬਹੁਤ ਮੁਬਾਰਕਾਂ ਮਹਾਰਾਜ ਤੁਹਾਡੇ ਇਹਨਾਂ ਵੱਲ ਮੇਰਾ ਰਾਮ ਭਰ ਆਉਂਦਾ ਇਹਨਾਂ ਨੇ ਬਾਬਾ ਬੰਦਾ ਸਿੰਘ ਜੀ ਨਾਲ ਮੇਰੀ ਫੋਟੋ ਕੀਤੀ ਸੀ ਆਪਣੇ ਫੋਟੋ ਮਿਲੀ ਲਈ ਇਹਨਾਂ ਨੂੰ ਉਹ ਫੋਟੋ ਦੇ ਦਿਓ ਮਹਾਰਾਜ ਦੇ ਦੇ ਮਹਾਰਾਜ ਆ ਗਏ ਹੱਥ ਹੋਰ ਮਹਾਰਾਜ ਚੜ੍ਹ ਦੇ ਗਲੇ ਲੰਗਰ ਪਾਣੀ ਛਕਾਈਏ ਬਹੁਤ ਛਕ ਲਿਆ ਜੀ ਬਰਫੀ ਦਾ ਖਾਓ ਬਰਫੀ ਬਰਫੀ ਇਹ ਡੱਬਾ ਰੇ ਇਹ ਆਪਣੇ ਮਲੋਟ ਦੇ ਕੀ ਨਾ ਇਹਨਾਂ ਨੂੰ ਕੀ ਕਹਿੰਦੇ ਆਪਣੇ ਉੱਥੇ ਫਰਕ ਪਾਉਂਦੇ ਰਖੀ ਰਖੀ ਜੀ ਆਇਓ 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 ਇਹ ਆਪਣੇ ਮਲੋਟ ਦੇ ਬਹੁਤ ਹੀ ਯਾਨੀ ਕਿ ਪ੍ਰੇਮ ਪਿਆਰ ਲਈ ਹੈਗੇ ਮਿੱਤਰ ਪਿਆਰੇ ਸਾਡੇ ਬਾੜਕੋਬਾਰ ਦੀ ਮੰਨੀ ਪਰਮੰਨੀ ਹਸਤੀ ਹੈ ਜੀ ਰਖੀ ਜੀ ਰਖੀ ਜੀ ਬਹੁਤ ਮੰਨੇ ਪਰਮੰਨੇ ਅੰਤਰਜਾਮੀ ਇੱਕ ਬਹੁਤ ਜਿਹੜੇ ਬਾਬਾ ਜੀ ਵੀ ਹੈ ਜੀ ਇਹ ਅਗਲੇ ਨੂੰ ਗੁਰ ਗਿਆਨ ਤੇ ਨੰਬਰ ਨੰਬਰ ਵਧੀਆ ਟਾਈਮ ਦੇ ਦਿੰਦੇ ਜੀ ਇਹ ਵਿਆਹ ਕਰੋ ਫਿਰ ਬਾਕੀ ਬੜੀ ਮਿਹਰ ਹੈ ਜੀ ਤੁਹਾਡੀ ਬਾਬਾ ਜੀ ਵਾਈਟ ਪਗੜੀ ਤੇ ਵਾਈਟ ਜੈਕਟ ਤੇ ਵਾਈਟ ਹੀ ਗੱਡੀਆਂ ਨੇ ਅੱਜ ਮੈਕਿੰਗ ਕੀਤੀ ਹੈ ਮੈਕਿੰਗ ਹੋ ਗਈ ਚਲੋ ਮਹਾਰਾਜ ਨੇ ਕਿਰਪਾ ਕੀਤੀ ਮਿਹਰ ਸਤਕਾਰ ਸੁਭਾਈ ਹੋਵੇ ਸੱਚੇ ਬਾਸ਼ਾ बैठो गड्डी एक करी बह जाना कौन शीशा खुलेगा ना शीशा हाँ शीशा खुले वे बटन ना स्टार्ट होती है ते क्लच नपना पैंदा वीर जी सत्रकाल जी और सुनाओ गुरु नानक पातशाह दी प्रकाश पुरब दी लख लख वधाइया सारी संगत नू सारे देश नू वधाइया आप जी नू वधाइया मालिक चढ़दी कला ले जावे सच्चे पातशाह सब नू दाता सब दा भला करे महाराज सज्जन सब दे कारज रास करे ਖੁਸ਼ੀਆਂ ਖੇੜੇ ਦੇਵੇ ਦਾਦਾ ਤੁਹਾਡੀ ਅਰਦਾਸਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ 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 ਜਿਹੜੇ ਜਿਹੜੇ ਮਿੱਤਰ ਪਿਆਰਿਆਂ ਨੂੰ ਪਤਾ ਲੱਗ ਰਿਹਾ ਵੀ ਗੱਡੀ ਲਈ ਹੈ ਉਹ ਸਪੈਸ਼ਲ ਆ ਕੇ ਵਧਾਈਆਂ ਦੇ ਕੇ ਜਾ ਰਹੇ ਨੇ ਹੁਣ ਜਿਵੇਂ ਮਣਕੂ ਜੀ ਦੀਨਗੜ੍ਹ ਸਪੈਸ਼ਲ ਆਏ ਨੇ ਚੱਲ ਕੇ ਮਣਕੂ ਜੀ ਕੀ ਹਾਲ ਚਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਵਧਾਈਆਂ ਹੁਣ ਤੁਹਾਨੂੰ ਨਵੀਂ ਗੱਡੀ ਦੀਆਂ प्यार जे तुसी करदे ते असीं ताहीं प्यार करदे ना भाई साहब सारे बंधन तोड़ के तुहानूं मिलण गए आ इह जी जिहड़ी धरती है ना इह मोह प्यार नाल ही जिहड़ी हैगी खड़ी हैगी ना कोई किसे बलद दे सिंग ते नहीं खड़ी वी इह तो मोह प्यार हैगा जिहड़ा बस ओसे नाल ही चली जांदा सारा सिस्टम ते जदों पता लग्गिया गड्डी दा ते आपां मिलण वी आए आ मामा जी नूं
ਤੇ ਮਹਾਰਾਜ ਐਵੇਂ ਮੋਹ ਪਿਆਰ ਬਣਾਈ ਰੱਖੇ ਬਿਲਕੁਲ ਐ ਵੀ ਅਰਦਾਸ ਹੈ ਨਾ ਵੈਸਾ ਹੀ ਆਈ ਅਰਦਾਸ ਹੈ ਵੀ ਮੋਹ ਪਿਆਰ ਬਣਾਈ ਰੱਖੇ ਸੰਗਤਾਂ ਦਾ ਪਿਆਰ ਮਿਲਦਾ ਰਵੇ ਦੇਖੋ ਹਰ ਦਿਨ ਜਦੋਂ ਵੀ ਗੱਲ ਹੁੰਦੀ ਸੀਗੀ ਕਦੇ ਦਸਵੇਂ ਦਿਨੋਂ ਵੀਹਵੇਂ ਦਿਨੋਂ ਵੀ ਗੱਡੀ ਕਦੋਂ ਆ ਰਹੀ ਹੈ ਮਾਮਾ ਜੀ ਗੱਡੀ ਕਦੋਂ ਆ ਰਹੀ ਹੈ ਤੇ ਅੱਜ ਗੁਰਪੁਰਬ ਦੇ ਮੌਕੇ ਤੇ ਗੱਡੀ ਆਈ ਹੈ ਤੇ ਮੈਂ ਕਹਿੰਦਾ ਇਹ ਭਾਗਾਂ ਵਾਲਾ ਤੇ ਨਹੀਂ ਹੋ ਗਿਆ ਸਹੀ ਗੱਲ ਡਬਲ ਖੁਸ਼ੀ ਹੋ ਗਈ ਬਿਲਕੁਲ ਤੇ ਇੱਕ ਨਾ ਇੱਕ ਮਤਲਬ ਹਾਂ ਬਿਲਕੁਲ ਬਿਲਕੁਲ ਜੀ ਇੱਕ ਸਪੈਸ਼ਲ ਮੂਵਮੈਂਟ ਹੁੰਦੇ ਆ ਕਈ ਕਈ ਉਹ ਵੀ ਰੱਬ ਦੇ ਵਾਈਬ੍ਰੇਸ਼ਨ ਹੁੰਦੀ ਹੈ ਨਾ ਹਾਂ ਬਿਲਕੁਲ ਹੁੰਦੀ ਹੈ ਇਹ ਜਦੋਂ ਪਹਿਲਾਂ 10 ਸਾਲ ਪਹਿਲਾਂ ਗੱਡੀ ਜਦੋਂ ਆਈ ਸੀ ਨਾ ਉਦੋਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਨ ਤੇ ਆਏ ਸੀ 28 ਅਕਤੂਬਰ ਹਾਂਜੀ ਜੋੜ ਤਾਂ ਬੜਾ ਲਾਇਆ ਪਰ ਬਾਬਾ ਜੀ ਨੇ ਕਿਹਾ ਨਹੀਂ ਇਹ ਆਪਾਂ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਤੇ ਦੇਵਾਂਗੇ ਅੱਜ ਫਿਰ 27 ਨਵੰਬਰ ਆ ਗਈ 10 ਸਾਲ ਪਹਿਲਾਂ ਗੱਡੀ ਜਿਹੜੀ ਨੋਵਾ ਲਈ ਸੀ ਨਾ ਹਾਂਜੀ ਹਾਂਜੀ ਉਹ ਮਹਾਰਾਜ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਨ ਤੇ ਆਈ ਸੀਗੀ 10 ਅਕਤੂਬਰ 28 ਅਕਤੂਬਰ ਨੂੰ ਤੇ ਹੁਣ ਅੱਜ 27 ਨਵੰਬਰ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਬਰਥਡੇ ਆ ਸੱਚੇ ਪਾਤਸ਼ਾਹ ਐਵੇਂ ਕਿਰਪਾ ਬਣਾਈ ਰੱਖੇ ਸੰਗਤਾਂ ਦਾ ਪਿਆਰ ਬਣਿਆ ਰਹੇ ਬਾਕੀ ਇੱਕ ਗੱਲ ਇਹ ਵੀ ਹੈ ਵੀ ਜਿਹੜੀ ਆਪਣੀ ਸ਼ਰਧਾ ਸ਼ਕਤੀ ਹੈ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ ਮਾਮਾ ਜੀ ਕੋਲੇ ਜਾਂਦੇ ਆ ਕਦੇ ਇਹਨਾਂ ਦੇ ਮੂੰਹ ਚੋਂ ਕੰਮ ਦੇ ਹਿਸਾਬ ਨਾਲ ਕਦੇ ਉੱਚੀ ਗੱਲ ਹੋਰ ਨਹੀਂ ਸੁਣੀ ਇਹ ਜਦੋਂ ਪੁੱਛਦੇ ਆ ਮਾਮਾ ਜੀ ਕੀ ਹਾਲ ਚਾਲ ਹੈ ਪਿੱਛੇ ਨਾਨਕ ਸਾਹਿਬ ਦੀ ਫੋਟੋ ਕਨੀ ਕਰਕੇ ਵੈਸੇ ਇਹਨਾਂ ਦਾ ਤੇ ਉਸੇ ਜਨਮ ਦਿਨ ਤੇ ਅੱਜ ਗੱਡੀ ਆਈ ਹੈ ਤੇ ਮਤਲਬ ਖੁਸ਼ੀ ਹੁੰਦੀ ਯਾਰ ਕੋਈ ਛੋਟਾ ਜਿਹਾ ਵੀ ਆਪਾਂ ਕੋਈ ਕੋਈ ਵੀ ਚੀਜ਼ ਲੈ ਕੇ ਆਈਏ ਘਰੇ ਬੱਚਿਆਂ ਵਾਸਤੇ ਆਪਾਂ ਸਾਈਕਲ ਲੈ ਕੇ ਆਈ ਉਹਦੀ ਬੜੀ ਖੁਸ਼ੀ ਹੁੰਦੀ ਹੈ ਤੇ ਇਹ ਤਾਂ ਐਡਾ ਵੱਡਾ ਪਰਮਾਤਮਾ ਨੇ ਗਿਫਟ ਦਿੱਤਾ ਹੈ ਬਹੁਤ ਬਹੁਤ ਵਧਾਈਆਂ ਬਹੁਤ ਵਧਾਈ ਵਾਹਿਗੁਰੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ